ਨਮਸਕਾਰ ਖਬਰਾਂ ਦੇ ਸਬੰਧ ਵਿੱਚ ਤੁਹਾਡਾ ਸਵਾਗਤ ਹੈ ਮੈਂ ਹੈਪਰਮਨਜ ਸਿੰਘ ਪੇਸ਼ ਨੇ ਹੁਣ ਤੱਕ ਦੀਆਂ ਖਬਰਾਂ ਉਡਣ ਸੇਖ ਮਿਲਖਾ ਸਿੰਘ ਦਾ ਅੱਜ ਚੰਡੀਗੜ੍ਹ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ ਕੀਤਾ ਜਾ ਰਿਹਾ ਹੈ ਭਾਰਤੀ ਖੇਡ ਜਗਤ ਦੀ ਆਨ ਅਤੇ ਸ਼ਾਨ ਵਿਸ਼ਵ ਪੱਧਰ ਤੇ ਦੇਸ਼ ਲਈ ਨਾਮਨਾ ਖੱਟਣ ਵਾਲੇ ਤੇ ਜੁਵਾ ਖਿਡਾਰੀਆਂ ਲਈ ਹਮੇਸ਼ਾ ਹੀ ਪ੍ਰੇਰਣਾ ਸਰੋਤ ਰਹਿਣ ਵਾਲੇ ਮਿਲਖਾ ਸਿੰਘ ਦਾ ਬੀਤੀ ਦੇਰ ਰਾਤ ਕੋਰੋਨਾ ਤੋਂ ਬਾਅਦ ਦੀਆਂ ਸਿਹਤ ਸਮੱਸਿਆਵਾਂ ਕਰਕੇ ਮੌਤ ਹੋ ਗਈ ਸੀ ਉਹ 92 ਵਰਿਆਂ ਦੇ ਸਨ ਕੋਈ ਦਿਨ ਪਹਿਲਾਂ ਮਿਲਖਾ ਸਿੰਘ ਦੀ ਧਰਮ ਪਤਨੀ ਅਤੇ ਡਾਇਰੈਕਟਰ ਸਪੋਰਟਸ ਮਹਿਲਾਵਾਂ ਰਹਿ ਚੁੱਕੀ ਨਿਰਮਲ ਕੌਰ ਦਾ ਵੀ ਕਰੋਨਾ ਵਾਇਰਸ ਨਾਲ ਯੁੱਜਣ ਤੋਂ ਬਾਅਦ ਦਿਹਾਂਤ ਹੋ ਗਿਆ ਸੀ ਬੀਤੀ ਦੇਰ ਰਾਤ ਮਿਲਖਾ ਸਿੰਘ ਦੀ ਮੌਤ ਦੀ ਖਬਰ ਸੁਣ ਕੇ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਮਿਲਖਾ ਸਿੰਘ ਦਾ ਜਨਮ 22 ਨਵੰਬਰ 1929 ਨੂੰ ਪਾਕਿਸਤਾਨ ਦੇ ਮੁਜ਼ਫਰਗੜ ਦੇ ਗੋਬਿੰਦਪੁਰਾ ਪਿੰਡ ਵਿੱਚ ਹੋਇਆ। ਆਜ਼ਾਦੀ ਤੋਂ ਬਾਅਦ ਮਿਲਖਾ ਸਿੰਘ ਭਾਰਤ ਆ ਗਏ। ਮਿਲਖਾ ਸਿੰਘ ਨੇ 1956 ਦੀਆਂ ਮੈਲਬੌਰਨ 올림픽 ਖੇਡਾਂ ਵਿੱਚ 200 ਮੀਟਰ ਅਤੇ 400 ਮੀਟਰ ਦੌੜ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। 1958 ਦੀਆਂ ਕੌਮੀ ਖੇਡਾਂ ਵਿੱਚ ਮਿਲਖਾ ਸਿੰਘ ਨੇ 200 ਅਤੇ 400 ਮੀਟਰ ਦੌੜਾਂ ਵਿੱਚ ਰਿਕਾਰਡ ਬਣਾਏ। 1958 ਦੇ ਵਿੱਚ ਹੀ ਰਾਸ਼ਟਰੀ ਮントਲ ਖੇਡਾਂ ਵਿੱਚ ਮਿਲਖਾ ਸਿੰਘ ਨੇ 400 ਮੀਟਰ ਦੌੜ ਵਿੱਚ ਸੋਨੇ ਦਾ ਤਮਗਾ ਜਿੱਤਿਆ ਅਤੇ ਨਾ ਖੇਡਾਂ ਵਿੱਚ ਦੇਸ਼ ਵਾਸਤੇ ਸੋਨ ਤਮਗਾ ਜਿੱਤਣ ਵਾਲੇ ਉਹ ਪਹਿਲੇ ਭਾਰਤੀ atleta ਬਣੇ 1960 ਵਿੱਚ ਪਾਕਿਸਤਾਨ ਵਿੱਚ ਉਥੋਂ ਦੇ ਦੌੜਾਕ ਅਬਦੁਲ ਖਾਲਿਦ ਨੂੰ ਹਰਾ ਕੇ ਮਿਲਖਾ ਸਿੰਘ ਨੇ ਦੇਸ਼ ਦਾ ਮਾਣ ਵਧਾਇਆ ਅਤੇ ਪਾਕਿਸਤਾਨ ਦੇ ਜਨਰਲ ਅਯੂਬ ਖਾਨ ਨੇ ਉਹਨਾਂ ਨੂੰ ਫਲਾਈਂਗ ਸਿੱਖ ਦਾ ਨਾਮ ਦਿੱਤਾ 1962 ਦੀਆਂ ਅਸ਼ਿਆਈ ਖੇਡਾਂ ਵਿੱਚ ਮਿਲਖਾ ਸਿੰਘ ਨੇ ਭਾਰਤ ਨੂੰ ਸੋਨੇ ਦਾ ਤਮਗਾ ਦੁਆਇਆ ਉਨੇ ਸ਼ਾਨਦਾਰ ਟੋਕੀਓ 올림픽 ਖੇਡਾਂ ਵਿੱਚ ਮਿਲਖਾ ਸਿੰਘ ਨੇ ਭਾਰਤ ਦੀ ਨਿਮਾਇੰਦਗੀ ਕੀਤੀ ਮਿਲਖਾ ਸਿੰਘ ਨੇ ਭਾਰਤੀ ਫੌਜ ਵਿੱਚ ਸੇਵਾ ਨਿਭਾਈਆਂ ਜਿੱਥੇ ਉਹਨਾਂ ਨੂੰ ਆਨਰੇਰੀ ਕੈਪਟਨ ਦਾ ਰੈਂਕ ਦਿੱਤਾ ਗਿਆ ਸਾਲ 1958 ਵਿੱਚ ਉਡਨ ਸੇਖ ਮਿਲਖਾ ਸਿੰਘ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਰਾਸ਼ਟਰਪਤੀ ਰਾਮਨਰਤ ਕੋਵਿੰਦਨ ਮਿਲਖਾ ਸਿੰਘ ਦੇ ਦੇਹਾਂਤ ਤੇ ਡੋਖ ਪ੍ਰਗਟ ਕਰਦੇ ਕਿ ਉਹਨਾਂ ਦੇ ਸੰਘਰਸ਼ ਦੀ ਕਹਾਣੀ ਅਤੇ ਮਜ਼ਬੂਤ ਕਿਰਦਾਰ ਭਾਰਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਲਖਾ ਸਿੰਘ ਦੀ ਮੌਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਆਪਣੇ ਟਵੀਟ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਮਿਲਖਾ ਸਿੰਘ ਦੇ ਰੂਪ ਵਿੱਚ ਇੱਕ ਬਿਹਤਰੀਨ ਖਿਡਾਰੀ ਗਵਾ ਬੈਠੇ ਹਾਂ ਜਿਸ ਨੇ ਕਰੋੜਾਂ ਭਾਰਤੀਆਂ ਦੇ ਦਿਲਾਂ ਵਿੱਚ ਆਪਣੀ ਵਿਸ਼ੇਸ਼ਤਾ ਬਣਾਈ ਹੈ ਤੇ ਦੇਸ਼ ਦਾ ਮਾਣ ਵਧਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਿਲਖਾ ਸਿੰਘ ਦੀ ਸ਼ਖਸੀਅਤ ਲੱਖਾਂ ਲੋਕਾਂ ਲਈ ਪ੍ਰੇਰਨਾ ਸਰੋਤ ਰਹੇਗੀ। ਮੁੱਖ ਮੰਤਰੀ ਕਪਤਨ ਅਮਰਿੰਦਰ ਸਿੰਘ ਨੇ ਵੀ ਮਿਲਖਾ ਸਿੰਘ ਦੇ ਅਕਾਲ ਚਲਾਣੇ ਤੇ ਦੁੱਖ ਦਾ اظہار ਕੀਤਾ। ਉਹਨਾਂ ਨੇ ਕਿਹਾ ਕਿ ਮਿਲਖਾ ਸਿੰਘ ਦੇਸ਼ ਦੇ ਮਹਾਨ ਐਥਲੀਟ ਸਨ ਜਿਨ੍ਹਾਂ এਸ਼ੀਆਈ ਅਤੇ ਕਾਮਨਵੈਲਥ ਖੇਡਾਂ ਵਿੱਚ ਕਈ 골ਡ ਮੈਡਲ ਜਿੱਤੇ ਅਤੇ ਹਰ ਪੰਜਾਬੀ ਦਾ ਮਾਣ ਵਧਾਇਆ। ਮੁੱਖ ਮੰਤਰੀ ਨੇ ਮਿਲਖਾ ਸਿੰਘ ਦੀ ਮੌਤ ਤੇ ਉਹਨਾਂ ਨੂੰ ਸਤਿਕਾਰ ਵਜੋਂ ਇੱਕ ਦਿਨ ਸਰਕਾਰੀ ਸੋਗ ਅਤੇ ਉਹਨਾਂ ਦਾ ਅੰਤਮ ਸੰਸਕਾਰ ਸਰਕਾਰੀ ਸਨਮਾਨ ਨਾਲ ਕੀਤਾ ਜਾਣ ਦਾ ਐਲਾਨ ਕੀਤਾ। ਕੇਂਦਰੀ ਗ੍ਰਹਿ ਮੰਤ్రਾਲਾ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਰੋਨਾ ਪਾਬੰਦੀਆਂ ਵਿੱਚ ਢਿੱਲ ਦੇਣ ਸਮੇਂ ਨੇੜਿਓਂ ਨਜ਼ਰਸਾਨੀ ਕਰਨ ਦੇ ਨਿਰਦੇਸ਼ ਦਿੱਤੇ ਨੇ ਮੰਤ్రਾਲਾ ਨੇ ਸੂਬਿਆਂ ਨੂੰ ਚੌਕਸ ਕਰਦੇ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਤਾਲਾਬੰਦੀ ਖੋਲਣ ਸਮੇਂ ਕੋਵਿਡ ਉਚਿਤ ਵਿਹਾਰ ਦੀ ਪਾਲਣਾ ਕੀਤੀ ਜਾਵੇ ਅਤੇ ਕੋਈ ਢਿੱਲ ਮਠਨਾਵਰਤੀ ਜਾਵੇ ਗ੍ਰਹਿ ਮੰਤਰੀ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਬਾਜ਼ਾਰਾਂ ਵਿੱਚ ਕਈ ਆਜਾਈਆਂ ਤਸਵੀਰਾਂ ਅਪਲੋਡ ਹੋ ਰਹੀਆਂ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਲੋਕ ਕੋਵਿਡ ਉਚਿਤ ਵਿਹਾਰ ਨਹੀਂ ਅਪਣਾ ਰਹੇ ਕੇਂਦਰੀ ਗ੍ਰਹਿ ਸਕੱਤਰ ਅਰਿ ਪੱਲਾਣੇ ਸੂਬਿਆਂ ਦੇ ਮੁੱਖ ਸਕੱਤਰਾਂ ਅਤੇ ਕੇਂਦਰੀ ਪ੍ਰਬੰਧਕ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ ਜ਼ਿਲ੍ਹਾ ਪੱਧਰ ਤੇ ਸਥਾਨਕ ਪ੍ਰਸ਼ਾਸਨ ਅਤੇ ਹੇਠਲੀਆਂ ਪ੍ਰਸ਼ਾਸਨਿਕ ਯੂਨਿਟਾਂ ਨੂੰ ਕੋਰੋਨਾ ਸਥਿਤੀ ਤੇ ਨਜ਼ਰ ਰੱਖਣੀ ਆਖਿਆ ਜ਼ਿਕਰ ਜੋਕ ਹੈ ਕਿ ਕੋਰੋਨਾ ਮਾਮਲੇ ਵਿੱਚ ਕਮੀ ਦੇ ਮੱਦੇਨਜ਼ਰ ਕਈ ਸੂਬਿਆਂ ਤੇ ਕੇਂਦਰ ਸਾਸਤ ਪ੍ਰਦੇਸ਼ਾਂ ਨੇ ਪਾਬੰਦੀਆਂ ਵਿੱਚ ਢਿੱਲ ਦੇਣਾ ਤੇ ਤਾਲਾਬੰਦੀ ਖੋਲਣ ਦੇ ਹੁਕਮ ਜਾਰੀ ਕੀਤੇ ਰਹੇ ਕੇਂਦਰੀ ਗ੍ਰਹਿ ਸਕੱਤਰ ਨੇ ਕਿਹਾ ਹੈ ਕਿ ਪਾਬੰਦੀਆਂ ਵਿੱਚ ਢਿੱਲ ਦੇਣ ਜਾਂ ਪਾਬੰਦੀਆਂ ਲਗਾਉਣ ਦਾ ਫੈਸਲਾ ਜ਼ਮੀਨੀ ਪੱਧਰ ਤੇ ਸਥਿਤੀ ਦੇ ਹਿਸਾਬ ਨਾਲ ਕੀਤਾ ਜਾਵੇ ਭਾਰਤ ਵਿੱਚ ਐਕਟਿਵ ਕਰੋਨਾ ਮਾਮਲੇ ਵਿੱਚ ਗਿਰਾਵਟ ਦਾ ਰੁਝਾਨ ਲਗਾਤਾਰ ਜਾ ਰਿਹਾ ਹੈ ਦੇਸ਼ ਵਿੱਚ ਐਕਟਿਵ ਮਾਮਲੇ ਦੀ ਸੰਖਿਆ ਇਸ ਸਮੇਂ ਘਟ ਕੇ 7,60,019 ਤੇ ਆ ਗਈ ਹੈ ਜੋ ਪਿਛਲੇ 74 ਦਿਨਾਂ ਵਿੱਚ ਹਫ਼ਤوں ਘਟੇ ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਬੀਤੇ ਦਿਨ ਭਾਰਤ ਵਿੱਚ 60,753 ਨਵੇਂ ਕਰੋਨਾ ਮਾਮਲੇ ਸਾਹਮਣੇ ਆਏ ਜੋ ਹੁਣ ਤੱਕ ਦਾ ਸਭ ਤੋਂ ਘੱਟ ਅੰਕੜਾ ਹੈ ਇਸ ਦੌਰਾਨ 99743 ਕਰੋਨਾ ਮਰੀਜ਼ ਸਿਹਤਜਾਬ ਹੋਏ ਜਿਸ ਮਗਰੋਂ ਕਰੋਨਾ ਤੋਂ ਠੀਕ ਹੋਣ ਵਾਲੇ ਦੀ ਕੁੱਲ ਸੰਖਿਆ 2 ਕਰੋੜ 86 ਲੱਖ 78 ਹਜ਼ਾਰ ਤੋਂ ਪਾਰ ਹੋ ਗਈ ਹੈ ਤੇ ਕਰੋਨਾ ਤੋਂ ਠੀਕ ਹੋਣ ਦੀ ਦਰ ਵਧ ਕੇ 96.1% ਆ ਗਈ ਹੈ ਪਿਛਲੇ 37 ਦਿਨਾਂ ਤੋਂ ਲਗਾਤਾਰ ਕਰੋਨਾ ਤੋਂ ਠੀਕ ਹੋਣ ਵਾਲੇ ਦੀ ਗਿਣਤੀ ਨਵੇਂ ਕਰੋਨਾ ਮਾਮਲਿਆਂ ਤੋਂ ਵੱਧ ਦਰਜ ਕੀਤੀ ਜਾ ਰਹੀ ਹੈ ਬੀਤੇ 24 ਘੰਟਿਆਂ ਦੌਰਾਨ 1647 ਕਰੋਨਾ ਮਰੀਜ਼ਾਂ ਦੀ ਮੌਤ ਹੋਈ ਹੁਣ ਤੱਕ ਇਸ ਮਹਾਮਾਰੀ ਕਾਰਨ 385000 ਤੋਂ ਵੱਧ ਲੋਕਾਂ ਦੀ ਜਾਨਾਂ ਜਾ ਚੁੱਕੀਆਂ ਨੇ ਸੌਂ ਟਰਮ ਟਨ ਵਿੱਚ ਖੇਡੇ ਜਾ ਰਹੇ ਵਿਸ਼ਵ ਕ੍ਰਿਕਟ ਟੈਸਟ ਕ੍ਰਿਕਟ ਦੇ ਫਾਈਨਲ ਵਿੱਚ ਨਿਊਜ਼ੀਲੈਂਡ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ ਦਾ ਸੱਦਾ ਦਿੱਤਾ ਜ਼ਿਕਰਯੋਗ ਹੈ ਕਿ ਮਹਾਨ ਭਾਰਤੀ ਐਥਲੀਟ ਮਿਲਖਾ ਸਿੰਘ ਦੀ ਮੌਤ ਕਾਰਨ ਭਾਰਤੀ ਖਿਡਾਰੀ ਨੇ ਆਪਣੇ ਗੁੱਟਾਂ ਤੇ ਕਾਲੇ ਬੈਂਡ ਬੰਨੇ ਹੋਏ ਸਨ ਭਾਰਤ ਦੀ ਤਰਫੋਂ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਦੀ ਸਲਾਮੀ ਜੋੜੀ ਨੇ ਖੇਡ ਦੀ ਸ਼ੁਰੂਆਤ ਕੀਤੀ ਰੋਹਿਤ ਸ਼ਰਮਾ 34 ਦੌੜਾਂ ਬਣਾ ਕੇ ਕਾਇਲ ਜੈਂਸਨ ਹਤੋਂ ਆਊਟ ਹੋਇਆ ਉਸ ਤੋਂ ਬਾਅਦ ਸ਼ੁਭਮਨ ਗਿੱਲ ਵੀ 28 ਦੌੜਾਂ ਦੇ ਨਿੱਜੀ ਸਕੋਰ ਤੇ ਆਊਟ ਹੋ ਗਿਆ ਉਸ ਨੂੰ ਵੀ ਨੀਲ ਵੈਗਨਰ ਨੇ ਆਊਟ ਕੀਤਾ ਖਬਰਾਂ ਲਿਖੇ ਜਾਣ ਤੱਕ ਭਾਰਤ ਨੇ ਦੋ ਖਿਡਾਰੀਆਂ ਪਿੱਛੇ 18 ਦੌੜਾਂ ਬੁਲਾ ਲਈਆਂ ਸਨ ਖਬਰਾਂ ਦੇਸ ਬੁਲੇਟਿਨ ਸਾਡੇ ਦਰਸ਼ਕ YouTube ਚੈਨਲ RNJU DD ਕੇ ਜਲੰਧਰ ਤੇ ਦੇਖ ਸਕਦੇ ਨੇ ਅਤੇ ਇਹ ਬੁਲੇਟਿਨ RNJU ਜਲੰਧਰ ਦੇ Twitter ਹੈਂਡਲ ਅਤੇ Facebook ਪੇਜ ਤੇ ਵੀ ਉਪਲਬਧ ਨੇ ਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮदाई ਆ ਗਿਆ ਦਿਓ ਨਮਸਕਾਰ